ਮੁਕਤਸਰ ਸਾਹਿਬ ਦੇ ਕਈ ਪਿੰਡਾਂ ਚ ਮਨਰੇਗਾ ਸਕੀਮ ਤਹਿਤ ਵੱਡੀ ਘਪਲੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਚਲਦਿਆਂ ਮਜ਼ਦੂਰ ਯੂਨੀਅਨ ਦੇ ਵੱਲੋਂ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਤੇ ਮੈਂ ਜਿਹੜੇ ਪਹਿਲੇ 6 ਪਿੰਡਾਂ ਚ ਪੜਤਾਲ ਕਰਕੇ ਵੇਖਿਆ, ਉਹਦੇ ਵਿੱਚ ਜਿਹੜਾ ਮੈਨੂੰ ਇਹ ਆਇਆ ਵੀ ਜਿਨ੍ਹਾਂ 'ਚ ਆ ਮਰਿਆਂ ਦੇ ਨਾਂ ਪਾਏ ਹੋਏ ਆ, ਜਿਉਂਦਿਆਂ ਨੂੰ ਵੀ ਪੈਸਾ ਨਹੀਂ ਦਿੱਤਾ ਗਿਆ, ਅਤੇ ਇਹ ਪੈਸਾ ਹੀ 35-36 ਲੱਖ ਰੁਪਏ ਨੂੰ ਪਹੁੰਚ ਜਾਂਦਾ ਹੈ। 10 ਪਿੰਡਾਂ 'ਚ ਜੇ 50 ਲੱਖ ਤਿੱਕਰ, ਅਤੇ ਔਸਤਨ 5 ਲੱਖ ਤਿੱਕਰ ਦੀ ਮਾਰ ਪੈਂਦੀ ਹੋਵੇ ਪਿੰਡ ਨੂੰ, ਤਾਂ ਇਹ ਬਹੁਤ ਵੱਡਾ ਘਪਲਾ ਹੈ। ਇਹ ਕੋਈ ਏਜੰਸੀ, ਮੈਂ ਕਹਿੰਦਾ ਕਿੱਥੇ ਆ ਵਿਜੀਲੈਂਸ ਡਿਪਾਰਟਮੈਂਟ, ਉਹ ਕਿਉਂ ਨਹੀਂ ਇਹਦੇ 'ਤੇ ਕੰਮ ਕਰਦਾ, ਕਿਉਂ ਨਹੀਂ ਪੂਰੀ ਇਨਕੁਆਇਰੀ ਕਰਦਾ? ਅਸੀਂ ਇਸ ਗੱਲ ਲਈ ਗਵਰਨਰ ਨੂੰ ਵੀ ਲਿਖਾਂਗੇ, ਅਸੀਂ ਇਹਦੇ ਲਈ ਵਿੱਤ ਸਕੱਤਰ ਨੂੰ ਵੀ ਲਿਖਾਂਗੇ, ਚੀਫ ਸੈਕਟਰੀ ਨੂੰ ਵੀ ਲਿਖਾਂਗੇ, ਸੈਂਟਰ ਨੂੰ ਵੀ ਲਿਖਾਂਗੇ, ਅਤੇ ਪਾਰਲੀਮੈਂਟ ਮੈਂਬਰਾਂ ਨੂੰ ਵੀ ਕਹਾਂਗੇ ਕਿ ਇਹ ਆਵਾਜ਼ ਪਾਰਲੀਮੈਂਟ ਵਿੱਚ ਵੀ ਉੱਠੇ ਤਾਂ ਕਿ ਘਪਲਾ ਰੁਕੇ। ਹਾਜ਼ਰੀ ਹਰੇਕ ਦੀ ਉਹਦੀ ਕਾਪੀ 'ਤੇ ਲੱਗੇ 18-19 ਸਾਲ ਦੀ, ਅਤੇ ਹੁਣ 19-20 ਸਾਲ ਦੀ, ਅਤੇ ਪਤਾ ਲੱਗ ਜਾਏਗਾ ਕਿੰਨਾ ਉਹਨੇ ਕੰਮ ਕੀਤਾ, ਕਿੰਨੇ ਪੈਸੇ ਸੀ, ਕਿੰਨੇ ਉਹਨੂੰ ਮਿਲੇ ਆ, ਸਾਰਾ ਘਪਲਾ ਨੰਗਾ ਹੋ ਜਾਏਗਾ। ਇੱਥੇ ਦੱਸ ਦਈਏ ਕਿ ਮਜ਼ਦੂਰ ਯੂਨੀਅਨ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸ ਦੀ ਜਾਂਚ ਨਾ ਕਰਵਾਈ ਗਈ ਤਾਂ ਉਹਨਾਂ ਦੇ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਮੁਕਤਸਰ ਸਾਹਿਬ ਤੋਂ ਗੁਰਿੰਦਰ ਸੇਖੋਂ, ਦੈਨਿਕ ਸਵੇਰਾ ਟੀਵੀ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।